वाह गुरु वाह गुरु। ਬਾਦਸ਼ਾਹ ਸਾਨੂੰ ਬਾਣੀ ਸਮਝਾਣਾ ਕਰਦੇ ਆ ਕਿ ਉੱਥੇ ਨਾ ਕੋਈ ਗਮ ਹੈ, ਨਾ ਕੋਈ ਖੋਬ ਹੈ, ਨਾ ਕੋਈ ਖਤਾ, ਕੁਛ ਨਹੀਂ ਹੈ। ਉੱਥੇ ਸਿਰਫ ਕੀ ਹੈ? ਆਨੰਦ ਹੀ ਹੈ। ਜੋ ਬਾਦਸ਼ਾਹ ਕਹਿੰਦੇ ਬਾਣੀ ਚ, ਬੇਗਮਪੁਰਾ ਸ਼ਹਿਰ ਕੋਲਾ, ਜਿੱਥੇ ਕੋਈ ਗਮ ਹੀ ਨਹੀਂ ਹੈ, ਉਹ ਐਸਾ ਸ਼ਹਿਰ ਹੈ ਗੁਰੂ ਪਿਆਰੇ, ਐਸੇ ਸ਼ਹਿਰ ਦੇ ਆਪਾਂ ਗੁਰੂ ਪਿਆਰੇ ਵਾਸੀ ਬਣੀਏ। ਤੇ ਉਹ ਵਾਸੀ ਤਾਂ ਹੀ ਬਣਾਂਗੇ ਜਦੋਂ ਸਾਡਾ ਇਹ ਮਨ ਸੁਣੇਗਾ। ਜੋ ਬਾਦਸ਼ਾਹ ਕਹਿੰਦੇ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਇਹ ਜਬ ਲਗ ਜੋਬਨ ਸਾਸ ਹੈ, ਤਬ ਲਗ ਹੀ ਤਨ ਦੀ ਬਿਲਕੁਲ ਕਾਮਨਾ ਟਹਿ ਤੇਰੀ। ਇਹ ਟਹਿ ਤੇਰੀ ਹੋ ਜਾਈ ਦੇਈ ਸਾਡੀ। ਸੋ ਗੁਰੂ ਪਿਆਰੇ ਆਓ ਆਪਾਂ 2-4 ਮਿੰਟ ਮਾਲਕ ਦੀ ਜਾਤ ਵਿੱਚ ਜੁੜੀਏ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਨੇਤਰ ਬੰਦ ਕਰਕੇ ਆਪਾਂ ਅਭਿਆਸ ਕਰੀਏ, ਮਾਲਕ ਦੇ ਗੁਣ ਗਾਈਏ, ਕਿਉਂਕਿ ਗੁਣ ਗਾ ਕੇ ਸਾਡੀ ਇਹ ਮੈਲ ਮਨ ਤਨ ਮਨ ਦੀ ਅਤੇ ਤਨ ਦੀ ਗੁਰੂ ਪਿਆਰੇ ਦੂਰ ਹੋਣੀ ਹੈ। ਆਓ ਸਾਰਿਆਂ ਚਰਨਾਂ 'ਚ ਬੇਨਤੀ ਹੈ ਕਿ ਨੇਤਰ ਬੰਦ ਕਰਕੇ ਆਪਾਂ ਅਭਿਆਸ ਕਰਾਂ, ਕਿਉਂਕਿ ਜਦੋਂ ਗੁਰੂ ਪਿਆਰੇ ਆਪਾਂ ਸਿਮਰਨ ਕਰਦੇ ਹਾਂ ਨਾ, ਇਹ ਨੇਤਰਾਂ ਨੂੰ ਆਪਾਂ ਬੰਦ ਰੱਖਣਾ, ਕਿਉਂਕਿ ਇਹ ਨੇਤਰਾਂ ਵਿੱਚ ਹੀ ਮਾਲਕ ਨੇ ਜੋਤ ਰੱਖੀ ਹੋਈ ਸੀ। ਇਹ ਨੇਤਰਾਂ ਵਿੱਚ ਹੀ ਮਾਲਕ ਦੀ ਜੋਤ ਹੈ। ਜਦੋਂ ਆਪਾਂ ਇਹ ਨੇਤਰ ਖੋਲ੍ਹੇ ਹੁੰਦੇ ਨਾ, ਆਪਾਂ ਦਾਏ ਬਾਏ ਅੱਗੇ ਪਿੱਛੇ ਦੇਖਦੇ ਹਾਂ, ਜਿਸ ਕਾਰਨ ਕਰਕੇ ਗੁਰੂ ਪਿਆਰ ਸਾਡਾ ਮਨ ਜਿਹੜਾ ਹੈ ਇਹ ਅਕਾਰਾਂ ਨੂੰ ਦੇਖਦਾ ਅਤੇ ਵਿਚਾਰ ਆਉਂਦੇ। ਅਤੇ ਜੀਵ ਨਾਲ ਆਪਾਂ ਜਪੀ ਜਾਣਾ ਹੈ। ਜਦੋਂ ਗੁਰੂ ਪਿਆਰੇ ਸਵਾਸ ਅੰਦਰ ਨੂੰ ਜਾਂਦਾ ਹੈ, ਵਾਰ ਨੂੰ ਆਉਂਦਾ, ਗੁਰੂ ਕਹਿਣਾ ਹੈ, ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ। ਜੋ ਪਾਤਸ਼ਾਹ ਕਹਿੰਦੇ ਰਸਨਾ ਉਚਰੀ ਹਰ ਪ੍ਰਭਣੀ ਸੁਣੀ, ਸੋ ਉਚਰੀ ਬੀਤਾ। ਸਤਿਗੁਰ ਕਹਿੰਦੇ ਰਸਨਾ ਨਾਲ ਜਪਣਾ ਹੈ ਅਤੇ ਆਪਾਂ ਕੰਨਾਂ ਨਾਲ ਸੁਣਨਾ ਹੈ। ਸੋ ਗੁਰੂ ਪਿਆਰੇ ਸਮਾਪਤੀ ਦੀ ਤੂੰ ਪਹਿਲਾਂ ਆਓ, ਉਸ ਮਾਲਕ ਦੀ ਗੁਣ ਗਾਈਏ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਨੇਤਰ ਬੰਦ ਕਰਕੇ ਜਿੰਨਾ ਵੀ ਸਮਾਂ ਜਾਪ ਹੁੰਦਾ ਹੈ, ਸਾਰਿਆਂ ਨੇ ਆਪਣੇ ਸ਼ਬਦ ਨੂੰ ਕਮਾਈ ਕਰਨਾ ਹੈ, ਕਿਉਂਕਿ ਸਤਿਗੁਰ ਕਹਿੰਦੇ ਪੂਲਾ ਮਨ ਸਮਝੇ ਗੁਰ ਸ਼ਬਦੀ, ਹਰ ਹਰ ਸਦਾ ਧਿਆਈ। ਹਰੀ ਹਰੀ ਦਾ ਵਾਹਿਗੁਰੂ ਜੀ ਦਾ ਨਾਮ ਸਦਾ ਜਦੋਂ ਆਪਾਂ ਧਿਆਨ ਕਰਾਂਗੇ, ਇਹ ਮਨ ਨੂੰ ਸਮਝ ਆਏਗੀ ਕਿ ਇਸ ਸੰਸਾਰ 'ਤੇ ਕਿਉਂ ਆਇਆ ਹਾਂ, ਕਿਸ ਕਾਰਨ ਵਾਸਤੇ ਆਇਆ ਹਾਂ। ਸੁੱਖ ਸਾਰੇ ਕਰੋ ਕਿਰਪਾ ਵਾਹੇ ਵਾਹਿਗੁਰੂ
ਪਾਤਸ਼ਾਹ ਕਹਿੰਦੇ ਹਰ ਜੀਵ ਕਿਰਪਾ ਕਰੇ ਤਾਂ ਨਾਮ ਧਿਆਈਏ।